ਨਗਰ ਦੇ ਵਾਰਡ ਨੰਬਰ 31 ਵਿਖੇ ਜਾਗੋ ਪਾਰਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਇਸ ਦੌਰਾਨ ਪਾਰਟੀ ਦੇ ਉਮੀਦਵਾਰ ਦਵਿੰਦਰ ਕੌਰ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿੱਥੇ ਉਹਨਾਂ ਪਾਰਟੀ ਪ੍ਰਧਾਨ ਦਾ ਉਮੀਦਵਾਰੀ ਦੇਣ ਤੇ ਧੰਨਵਾਦ ਕੀਤਾ, ਉੱਥੇ ਹੀ ਵਾਰਡ ਦੇ ਲੋਕਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਦੇਣ ਲਈ ਕਿਹਾ। ਇਸ ਮੌਕੇ ਮਨਜੀਤ ਸਿੰਘ ਜੀਕੇ ਨੇ ਵੀ ਜਿੱਥੇ ਜੀਵਨ ਬਾਗ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਇਸ ਇਲਾਕੇ 'ਚ ਬਦਲਾਵ ਦੀ ਲੋੜ ਹੈ ਤੇ ਇਸ ਇਲਾਕੇ 'ਚ ਬਦਲਾਵ ਹੋਵੇਗਾ ਤੇ ਸੰਗਤ ਅਜਿਹਾ ਜ਼ਰੂਰ ਕਰੇਗੀ। ਉਹਨਾਂ ਕਿਹਾ ਕਿ ਸੰਗਤ ਅਜਿਹੀ ਲੀਡਰਸ਼ਿਪ ਨੂੰ ਚੁਣੇਗੀ ਜਿਨ੍ਹਾਂ ਡੇਰਿਆਂ ਨੂੰ ਮਾਫ਼ੀ ਨਹੀਂ ਦਿੱਤੀ, ਜਿਨ੍ਹਾਂ ਗੁਰੂ ਨੂੰ ਪਿੱਠ ਨਹੀਂ ਵਿਖਾਈ। ਮੈਂ ਸਮਝਦਾ ਕਿ ਜੀਵਨ ਬਾਗ ਦੇ ਸਾਰੀ ਸੰਗਤ ਦਾ ਮੈਂ ਧੰਨਵਾਦੀ ਹਾਂ, ਬਜ਼ੁਰਗਾਂ ਦਾ, ਯੂਥ ਦਾ, ਬੀਬੀਆਂ ਦਾ। ਦਵਿੰਦਰ ਕੌਰ ਜੀ ਜਿਸ ਤਰੀਕੇ ਨਾਲ ਮਿਹਨਤ ਕਰ ਰਹੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਸਾਰੀ ਟੀਮ ਲੱਗੀ ਹੋਈ ਹੈ, ਔਰ ਮੈਨੂੰ ਇਹ ਉਮੀਦ ਹੈ ਕਿ ਇਸ ਇਲਾਕੇ 'ਚੋਂ 20 ਸਾਲ ਤੋਂ ਇੱਕ ਸ਼ਖਸ ਨੂੰ ਸੇਵਾ ਦਿੱਤੀ ਗਈ, ਅੱਜ ਉਹਨਾਂ ਦੇ ਪਰਿਵਾਰ 'ਚੋਂ ਬੰਦਾ ਖੜ੍ਹਾ ਹੋਇਆ, ਲੇਕਿਨ ਇਹ 20 ਸਾਲ ਦੇ ਬਾਅਦ ਬਦਲਾਵ ਹੋਏਗਾ ਔਰ ਬਦਲਾਵ ਸੰਗਤ ਕਰਕੇ ਹੋਏਗਾ। ਬਦਲਾਵ ਦੇ ਵਿੱਚ ਉਹ ਲੀਡਰਸ਼ਿਪ ਲੈ ਕੇ ਆਉਣਗੇ ਜਿਨ੍ਹਾਂ ਲੀਡਰਸ਼ਿਪ 'ਚ ਸੰਗਤ ਤੋਂ ਤਾਕਤ ਲੈ ਕੇ ਆਪਣੇ ਲਈ ਫੈਕਟਰੀਆਂ ਦੇ ਪਲਾਟ, ਕੋਟੇ, ਪਰਮਿਟ, ਲਾਇਸੈਂਸ ਨਹੀਂ ਲਏ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਨਹੀਂ ਵਿਖਾਈ, ਜਿਨ੍ਹਾਂ ਨੇ ਡੇਰਿਆਂ ਨੂੰ ਮਾਫ਼ੀ ਨਹੀਂ ਦਿੱਤੀ। ਐਸੀ ਲੀਡਰਸ਼ਿਪ ਸੰਗਤ ਚੁਣਨ ਦਾ ਇਹ ਮੂਡ 'ਚ ਹੈਗੀ ਹੈ। ਦਿਖਦਾ ਬਹੁਤ ਕੁਛ ਹੈ, ਸੋਸ਼ਲ ਮੀਡੀਆ ਉਹਨਾਂ ਕੋਲ ਕਰੋੜਾਂ ਰੁਪਇਆ ਲਗਾ ਰਹੇ ਨੇ ਕਿ ਅਸੀਂ ਹੈਗੇ ਹਾਂ, ਬਾਕੀ ਹੋਰ ਕੋਈ ਨਹੀਂ ਹੈਗਾ। ਮੈਂ ਸਮਝਦਾ ਸੰਗਤ ਜਿਹੜੀ ਹੈ ਉਹ ਗੁਰੂ ਸੋਜੀ ਬਖਸ਼ਦਾ, ਆਉਣ ਵਾਲਾ ਸਮਾਂ ਦੱਸੇਗਾ ਤੁਹਾਨੂੰ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।